subscribe to my channel and hit the bell icon, so you never miss any video from my channel. ਸਾਨੂੰ ਦਾ ਛੱਡੋ ਭਈ ਨਬੀ ਸਾਨੂੰ ਏਡੇ ਰਸ਼ ਚੋਂ ਪਹਿਚਾਣ ਗਿਆ। ਸਦਕੇ ਜਾਵਾਂ ਸਦਕੇ ਜਾਵਾਂ। ਹਾਏ ਹਾਏ, ਕੋਈ ਬੰਦਾ ਅਮਾਲ ਤੇ ਮਾਣ ਨਾ ਕਰੇ, ਨਮਾਜ਼ ਪੜ੍ਹੋ ਮਾਣ ਨਾ ਕਰੋ, ਓਏ ਰੋਜ਼ਾ ਰੱਖੋ ਯਾਰ ਵਾਜਬ ਹੈ ਮਾਣ ਨਾ ਕਰੋ, ਹਜ ਕਰੋ ਮਾਣ ਨਾ ਕਰੋ, ਜੋ ਕੁਛ ਵੀ ਕਰੋ ਨਾ ਉਹਨੂੰ ਆਖੋ ਮੈਂ ਤੇਰੀ ਬਾਰਗਾਹ 'ਚ ਪੇਸ਼ ਪਿਆ ਕਰਨਾ, ਬਸ ਮੈਨੂੰ ਉਹਨਾਂ ਲੋਕਾਂ 'ਚ ਸ਼ਾਮਿਲ ਕਰ ਜਿਹੜੇ ਤੇਰੇ ਮੁਨਕਰ ਨਹੀਂ। ਤੁਹਾਨੂੰ ਇੱਕ ਮੈਂ ਖੂਬਸੂਰਤ ਵਾਕਿਆ, ਬਹੁਤ ਸ਼ੁਕਰੀਆ, ਮੈਂ ਇੱਕ ਵਾਕਿਆ ਸੁਣਨਾ। ਈਰਾਨ ਦੇ ਕਾਲਮੇ ਦੀਨ ਬੈਠੇ ਸਨ, ਇੱਕ ਮੁੰਡਾ ਆਇਆ ਬਾਹਰੋਂ ਭੱਜਾ ਭੱਜਾ ਕਿਸੇ ਕੰਮ ਤੋਂ, ਉਸ ਪੈਂਟ ਉਹਦਾ ਟੁੰਗੀ ਥੋੜ੍ਹੀ ਜਿਹੀ, ਆਉਂਦਿਆਂ ਸਾਰ ਉਹ ਜਿਵੇਂ ਵੁਜ਼ੂ ਕੀਤਾ, ਕਈ ਬੰਦੇ ਵੁਜ਼ੂ ਇੰਝ ਕਰਦੇ ਨੇ ਆਪ ਥੋੜ੍ਹਾ ਕਰਦੇ ਨਾਲ ਦੇ ਬੰਦੇ ਨੂੰ ਭਰ ਛੱਡਦੇ ਨੇ, ਛਿੱਟਾਂ ਪਾ ਪਾ ਕੇ। ਉਹ ਆਲਮੇ ਦੀਨ ਦੇ ਸਾਹਮਣੇ ਉੱਥੇ ਤੁਹਾਨੂੰ ਪਤਾ ਬੜੇ ਮੁਹਤਾਤ ਨੇ ਬੰਦੇ ਵਿੱਚ, ਉਹ ਭੱਜਾ ਲਗਾਇਆ ਤੇ ਅੱਜ ਦੋ ਤਰ੍ਹਾਂ ਛੱਟੇ ਛੁੱਟੇ ਮਾਰ ਕੇ ਤੇ ਭੱਜਾ ਲਗਾ ਗਿਆ। ਉਹਨਾਂ ਅੰਜ ਵੇਖਿਆ ਤੇ ਨਮਾਜ਼ ਮੈਂ ਪੜ੍ਹਦਾ ਸੀ, ਪਰਤ ਕੇ ਵੇਖਿਆ ਤੇ ਜਾਂਦਾ ਸੀ ਮੈਂ ਪੜ੍ਹ ਕੇ। ਉਹ ਜਿਹੜੀ ਉਹਨੇ ਵਾਰਦਾਤ ਕੀਤੀ ਨਾ, ਐਡੀ ਸੌੜ ਨਾਲ ਅਰਸ਼ ਹੈ, ਉਹਨਾਂ ਨੂੰ ਸੱਦ ਲਿਆ ਆਪਣਾ ਬੱਚੇ ਅੱਗ ਬਹਿ ਗਿਆ। ਉਹਨਾਂ ਇਹ ਕੀ ਕੀਤਾ, ਯਾਨੀ ਉਹਨੂੰ ਪਤਾ ਸੀ ਵੀ ਜਿਵੇਂ ਹੁਣ ਮੈਂ ਵੁਜ਼ੂ ਕੀਤਾ ਹੈ ਤੇ ਜਿਵੇਂ ਘਰ ਨਾਲ ਨਮਾਜ਼ ਪੜ੍ਹੀ ਤੇ ਜਿਵੇਂ ਹਾਂ ਜਾਂ ਜਾਂ ਜਾਏ ਵਾਲੇ, ਉਹਨਾਂ ਆਖਿਆ ਇਹ ਕੀ ਕੀਤਾ। ਫਿਰ ਮੈਂ ਸਮਝਣਾ ਬੜਾ ਸਿਆਣਾ ਰਿਹਾ, ਉਹ ਆਉਂਦਾ ਮੈਂ ਨਮਾਜ਼ ਪੜ੍ਹੀ ਤੂੰ ਆਖਣਾ ਹੀ ਨਮਾਜ਼ ਇਹਨੂੰ ਆਉਂਦਾ, ਅਜੋ ਕੋਈ ਤੂੰ ਕੀਤਾ ਹੋਵੇ ਤੂੰ ਨਮਾਜ਼ ਪੜ੍ਹ। ਉਸ ਕੀ ਆਖਿਆ, ਉਸ ਆਖਿਆ ਜੀ ਮੈਂ ਘਰ ਨਾਲ ਦੱਸਣ ਆਇਆ ਸਾਂ ਉਹਨੂੰ ਮੈਂ ਤੇਰਾ ਬਾਗੀ ਨਹੀਂ। ਮੌਲਾ ਤੁਹਾਨੂੰ ਜਜ਼ਾਏ ਖੈਰ ਦੇਵੇ, ਬਹੁਤ ਸ਼ੁਕਰੀਆ, ਮੌਲਾ ਤੁਹਾਨੂੰ ਜਜ਼ਾਏ ਖੈਰ ਦੇਵੇ। ਇਹਦਾ ਮਤਲਬ ਹੈ ਵੀ ਮਸੱਲੇ ਤੇ ਭਾਵੇਂ ਕਹਾਲ ਨਾਲ ਬੰਦਾ ਆਵੇ, ਆਉਣਾ ਜ਼ਰੂਰ ਚਾਹੀਦਾ। ਖੁਦਾ ਦੀ ਕਸਮ, ਉਹ ਆਲਮੇ ਦੀਨ ਫਰਮਾਉਂਦੇ ਨੇ ਉਹ ਏਡੀ ਕਾਲ ਨਾਲ ਬਲੂੰਦਰ ਬਲਾਂਦਰ ਕੇ ਨਮਾਜ਼ ਤੁਰ ਗਿਆ ਤੇ ਉਹ ਆਉਂਦਾ ਸੀ ਮੈਂ ਤੇਰਾ ਦੱਸਣ ਆਇਆ ਤੇਰਾ ਬਾਗੀ ਨਹੀਂ। ਉਹਨਾਂ ਆਖਿਆ ਮੈਂ ਉਸੇ ਨਮਾਜ਼ ਨੂੰ ਅੱਧਿਆ ਤੇ ਘੰਟੇ 'ਚ ਪੜਿਆ ਤੇ ਅਖੀਰ ਤੇ ਇਹ ਹੀ ਆਖਿਆ, ਬਸ ਲਿਖ ਲਈ ਮੈਂ ਤੇਰਾ ਬਾਗੀ ਨਹੀਂ। ਮੇਰੇ ਅਜ਼ੀਜ਼, ਉਹਦੇ ਤੋਂ ਬਗਾਵਤ ਤੇ ਅਸਾਂ ਕਰਨੀ ਨਹੀਂ, ਉਹ ਫਿਰ ਵਾਧੇ ਘਾਟੇ ਬੰਦੇ ਕੋਲ ਹੋ ਜਾਂਦੇ। ਉਹਦੇ ਵਾਸਤੇ ਹਜ਼ੂਰ ਪਹਿਚਾਣ ਲੈਣ, ਅੱਲਾ ਨੇ ਉਹ ਕੁਰਾਨ 'ਚ ਤਰੀਕਾ ਵੀ ਨੂੰ ਦੱਸ ਦਿੱਤਾ ਕਿ ਕਿਵੇਂ ਤੈਨੂੰ ਪੈਗੰਬਰ ਸੁਝਾਣੇਗਾ। ਉਹ ਤਰੀਕਾ ਬੜਾ ਆਸਾਨ ਹੈ ਜੀ, ਇਹ ਕੁਰਾਨ 'ਚ ਲਿਖਿਆ ਪਿਆ ਜੀ ਸਾਰਾ। ਇਹ ਵੀ ਉਹਨੇ ਕਰਮ ਕੀਤਾ, ਪਹਿਲਾਂ ਮੁਕਾਮੇ ਮਹਿਮੂਦ ਬਣਾਇਆ, ਉੱਥੇ ਮੁਸਤਫਾ ਨੂੰ ਖਿਲਾ ਰਿਹਾ ਤੇ ਗੁਨਾਹਗਾਰਾਂ ਨੂੰ ਆਖਿਆ ਵੀ ਇਹ ਬਖਸ਼ਿਸ਼ ਕਰਾ ਸਕਦੇ ਨੇ ਮੇਰਾ।